ਮੇਰਾ ਸੁਜੈਸ਼ਨ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੁਰੰਤ ਹੋਮ ਮਿਨਿਸਟਰੀ ਛੱਡ ਦੇਣੀ ਚਾਹੀਦੀ ਹੈ ਇਹਨਾਂ ਨੂੰ। 5 ਸਾਲ ਦਾ ਪਿਛਲਾ ਰਿਕਾਰਡ ਭਗਵੰਤ ਮਾਨ ਦਾ, ਕੋਈ ਇੱਕ ਕੰਮ ਸੂਬੇ ਦਾ ਲੋਕ ਸਭਾ ਦੇ ਵਿੱਚੋਂ ਕਰਾ ਕੇ ਲੈ ਕੇ ਆਏ ਹੋ। ਸ਼੍ਰੋਮਣੀ ਕਮੇਟੀ ਮਹੰਤਾਂ ਦੇ ਕੰਮ ਦੇ ਅੰਦਰ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਬਿਜਲੀ ਦੀ ਦਰਾਂ ਨੂੰ ਲੈ ਕੇ ਸਰਕਾਰ ਤੇ ਨਿਸ਼ਾਨੇ ਸਾਧੇ ਨੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੋ ਵਾਅਦੇ ਕੈਪਟਨ ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਜਨਤਾ ਨਾਲ ਕੀਤੇ ਗਏ ਸੀ, ਉਹਨਾਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ 2017 ਅਸੈਂਬਲੀ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ, ਉਦਯੋਗਪਤੀਆਂ ਨਾਲ ਵਾਅਦਾ ਕੀਤਾ ਸੀ 5 ਰੁਪਏ ਯੂਨਿਟ ਬਿਜਲੀ, ਜਦਕਿ ਮਿਲਦੀ ਸੀ ਉਦੋਂ 7.5-8 ਰੁਪਏ, ਅਤੇ ਅੱਜ ਬਿਜਲੀ ਮਿਲ ਰਹੀ ਹੈ ਸਾਨੂੰ ਤਕਰੀਬਨ 11 ਰੁਪਏ ਯੂਨਿਟ ਇੰਡਸਟਰੀ ਨੂੰ, ਅਤੇ 10 ਰੁਪਏ 9.5-10 ਰੁਪਏ ਘਰੇਲੂ, 2.5% ਦਾ ਵਾਧਾ ਉਦਯੋਗ ਦੀ ਇੰਡਸਟਰੀ ਦੀ ਕਮਰ ਤੋੜ ਦੇਗਾ। ਮਾਤੜ ਲੋਕਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਪਏ ਹੋਏ ਆ। ਕੈਪਟਨ ਅਮਰਿੰਦਰ ਸਿੰਘ ਜੀ, ਯਾਦ ਕਰੋ ਵਾਅਦੇ, MLA ਦੀ ਇਲੈਕਸ਼ਨ ਤੋਂ ਬਾਅਦ MP ਦੀ ਇਲੈਕਸ਼ਨ, MP ਦੀ ਇਲੈਕਸ਼ਨ ਤੋਂ ਬਾਅਦ ਲੋਕਾਂ ਦੇ ਉੱਤੇ ਤੁਸੀਂ ਐਡੇ ਵੱਡੇ ਬੋਝ ਪਾਓਗੇ, ਲੋਕ ਇਹ ਸਹਿਣ ਨਹੀਂ ਕਰ ਸਕਣਗੇ। ਸੂਬੇ ਦੇ ਅੰਦਰ ਹਾਹਾਕਾਰ ਮਚੇਗੀ, ਬੇਰੁਜ਼ਗਾਰੀ ਕਾਰਨ, ਕੰਮ ਨਾ ਹੋਣ ਕਾਰਨ ਲੋਕ ਪਹਿਲਾਂ ਹੀ ਤਰ੍ਹਾਂ ਤਰ੍ਹਾਂ ਕਰ ਰਹੇ ਆ। ਸੋ ਇਹ 2.5% ਜਿਹੜੇ ਰੇਟ ਵਧਾਇਆ, ਤੁਰੰਤ ਕੈਪਟਨ ਅਮਰਿੰਦਰ ਸਿੰਘ ਨੂੰ ਵਾਪਸ ਲੈਣੇ ਚਾਹੀਦੇ। ਕੈਪਟਨ ਅਮਰਿੰਦਰ ਸਿੰਘ 13 ਜਿੱਤੇ ਸੀ, 13 ਨਹੀਂ ਜਿੱਤ ਹੋਈਆਂ, 8 'ਤੇ ਆ ਗਏ। 8 ਤੋਂ ਬਾਅਦ ਠੀਕਰਾ ਨਵਜੋਤ ਸਿੱਧੂ ਦੇ ਸਿਰ 'ਤੇ ਭੰਨਤਾ, ਹੁਣ ਜਾਖੜ ਸਾਹਿਬ ਵਾਲਾ ਠੀਕਰਾ ਕਿੱਥੇ ਭੰਨਣਗੇ। ਪਟਿਆਲੇ ਦੇ ਵਿੱਚ ਬਾਦਲਾਂ ਨੇ ਪ੍ਰਨੀਤ ਕੌਰ ਦੀ ਮਦਦ ਕੀਤੀ, ਬਠਿੰਡੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਕਾਂਗਰਸੀ ਧੜੇ ਨੇ ਰਾਜੇ ਬੜਿੰਗ ਦੀ ਵਿਰੋਧਤਾ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਵੋਟਾਂ ਪਵਾਈਆਂ। ਵਿਚਾਰਾ ਜਾਖੜ ਹੁਣ ਅਸਤੀਫਾ ਦੇਵੇ ਨਾ ਦੇਵੇ, ਕਾਂਗਰਸ ਪਾਰਟੀ ਅਸਤੀਫਾ ਮਨਜ਼ੂਰ ਕਰੇ ਨਾ ਕਰੇ, ਪਰ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀ ਜਿਹੜੀ ਸੰਧੀ ਆ ਉਹ ਪੂਰੀ ਤਰ੍ਹਾਂ ਜਗਜਾਰ ਹੋ ਚੁੱਕੀ। ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕਿਆ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਕੋਲ ਹੋਮ ਮਿਨਿਸਟਰੀ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਡੇ ਬਾਈ ਡੇ, ਦਿਨ ਪ੍ਰਤੀ ਦਿਨ ਗਰਕਦਾ ਜਾ ਰਿਹਾ ਬੇੜਾ। ਕੈਪਟਨ ਅਮਰਿੰਦਰ ਸਿੰਘ ਜਿਹੜੇ ਖੁਦ ਹੋਮ ਮਿਨਿਸਟਰ ਹੈਗੇ ਆ, ਗ੍ਰਹਿ ਵਿਜਾਰਤ ਉਹਨਾਂ ਕੋਲ ਆ, ਕੈਪਟਨ ਅਮਰਿੰਦਰ ਸਿੰਘ ਜੀ ਕੋਲ ਟਾਈਮ ਨਹੀਂ ਹੈਗਾ ਸਟੇਟ ਵਾਸਤੇ। ਸੋ ਮੇਰਾ ਸੁਜੈਸ਼ਨ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਤੁਰੰਤ ਹੋਮ ਮਿਨਿਸਟਰੀ ਛੱਡ ਦੇਣੀ ਚਾਹੀਦੀ ਇਹਨਾਂ ਨੂੰ, ਤਾਂ ਜੋ ਪੰਜਾਬ ਦੇ ਅੰਦਰ ਬੇੜਾ ਗਰਕ ਹੋ ਰਿਹਾ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਦਾ, ਲਾਅ ਐਂਡ ਆਰਡਰ ਦਾ, ਉਹਨੂੰ ਕਮ ਸੇ ਕਮ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੀ ਪੁਲਿਸ ਦੇ ਉੱਤੇ ਹੋਮ ਮਿਨਿਸਟਰ ਕੋਈ ਅੱਛਾ। ਬੀਤੇ ਦਿਨੀ ਭਗਵੰਤ ਮਾਨ ਵੱਲੋਂ ਆਰੋਪ ਲਗਾਇਆ ਗਿਆ ਸੀ ਕਿ ਉਹਨਾਂ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਜਿਸ ਤੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮਾਨ ਜੋ ਕੁਝ ਵੀ ਕਹਿ ਲੈਣ, ਲੋਕ ਜਾਣਦੇ ਹਨ ਕਿ ਪਿਛਲੇ 5 ਸਾਲਾਂ ਵਿੱਚ ਹਲਕੇ ਵਿੱਚ ਉਹਨਾਂ ਨੇ ਕੀ ਕੰਮ ਕੀਤਾ ਹੈ। ਅੰਨੇ ਦੇ ਪੈਰ ਹੇਠ ਆ ਗਿਆ ਬਟੇਰ, ਤੇ ਉਹ ਸਮਝਣ ਲੱਗਿਆ ਮੈਂ ਨਿਸ਼ਾਨ ਕੀ ਆ। 5 ਸਾਲ ਦਾ ਪਿਛਲਾ ਰਿਕਾਰਡ ਭਗਵੰਤ ਮਾਨ ਦਾ, ਕੋਈ ਇੱਕ ਕੰਮ ਸੂਬੇ ਦਾ ਲੋਕ ਸਭਾ ਦੇ ਵਿੱਚੋਂ ਕਰਾ ਕੇ ਲੈ ਕੇ ਆਏ ਹੋ। ਬੋਲ ਲੈਣਾ, ਚੁਟਕਲੇ ਸੁਣਾ ਲੈਣੇ, ਗੱਲਾਂ ਸੁਣਾ ਲੈਣੀਆਂ ਬੜੀਆਂ ਸੌਖੀਆਂ ਨੇ, ਮਜ਼ਾਕੀਆ ਕਮੇਡੀ ਕਰ ਲੈਣੀ ਬੜੀ ਸੌਖੀ ਹੈਗੀ ਆ। ਸਟੇਟ ਹਿੱਤਾਂ ਲਈ ਭਗਵੰਤ ਮਾਨ ਜੀ ਕੀਤਾ ਕੀ ਆ, ਮੈਨੂੰ ਇੱਕ ਕੰਮ ਦੱਸ ਦਿਓ ਵੀ ਮੈਂ ਸਟੇਟ ਹਿੱਤ ਵਾਸਤੇ ਆ ਕੰਮ ਕਰਕੇ ਲੈ ਕੇ ਆਇਆ। ਸੋ ਇਹ ਭਗਵੰਤ ਮਾਨ ਪੈਰ ਹੇਠ ਬਟੇਰ ਆ ਗਿਆ, ਅੱਜ ਗੱਲਾਂ ਆਉਂਦੀਆਂ ਨੇ। ਤੁਸੀਂ ਰੁਕ ਜਾਓ, 2022 ਆਇਆ ਖੜਾ, 2022 ਦੇ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਉੱਥੇ ਸੁਖਪਾਲ ਸਿੰਘ ਖਹਿਰਾ ਅਤੇ ਕਵਰ ਸੰਧੂ ਨਾਲ ਭਗਵੰਤ ਮਾਨ ਦੀ ਹੋਈ ਗੱਲਬਾਤ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਅਤੇ ਕਵਰ ਸੰਧੂ ਨਾਲ ਉਹਨਾਂ ਦੀ ਕੋਈ ਗੱਲ ਹੋਈ ਹੈ
ਅਗਰ ਉਹ ਪਾਰਟੀ ਵਿੱਚ ਵਾਪਸ ਜਾਂਦੇ ਹਨ ਤੇ ਉਹਨਾਂ ਦਾ ਸਵਾਗਤ ਹੈ। ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਸਲਾ, ਜੇ ਖਹਿਰਾ ਸਾਹਿਬ ਨੂੰ ਉਹ ਲੈਣਾ ਚਾਹੁੰਦੇ ਆ, ਆਪਣੇ ਕਮਰ ਸੰਧੂ ਨੂੰ ਜਾਂ ਦੂਸਰੇ ਜਿਹੜੇ MLA ਗਏ ਆ ਲੈਣਾ ਚਾਹੁੰਦੇ, ਮੈਨੂੰ ਕੀ ਇਤਰਾਜ਼ ਹੈ। ਚੰਗੀ ਗੱਲ ਹੈਗੀ, ਉਹ ਆਪਣੀ ਪਾਰਟੀ ਨੂੰ ਇਕੱਠਾ ਕਰਨ, ਬੜੀ ਚੰਗੀ ਸ਼ੁਭ ਸੰਕੇਤ ਉਹਨਾਂ ਦੀ ਪਾਰਟੀ ਵਾਸਤੇ, ਮੇਰਾ ਕੋਈ ਲੈਣ ਦੇਣ ਨਹੀਂ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਮਨਜੀਤ ਸਿੰਘ ਜੀਕੇ ਨੂੰ ਪਾਰਟੀ ਚੋਂ ਬਰਖਾਸਤ ਕੀਤੇ ਜਾਣ ਨੂੰ ਲੈ ਕੇ ਵੀ ਅਕਾਲੀ ਦਲ ਤੇ ਨਿਸ਼ਾਨੇ ਸਾਧੇ ਨੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਗੁਰੂ ਕੀ ਗੋਲਕ ਨੂੰ ਆਪਣੇ ਸਿਆਸੀ ਫਾਇਦੇ ਲਈ ਵਰਤਿਆ ਹੈ। ਉੱਥੇ ਉਹਨਾਂ ਨੇ ਪੰਜਾਬ ਵਿੱਚ ਅਮਨ ਕਾਨੂੰਨ ਵਿਵਸਥਾ ਦਾ ਬੁਰੀ ਤਰ੍ਹਾਂ ਫੇਰ ਹੋਣ ਦੀ ਗੱਲ ਕੀਤੀ। ਜਦੋਂ ਕੱਢਿਆ ਅੱਜ ਜੀਕੇ ਸਾਹਿਬ ਬੋਲ ਰਹੇ, ਉਹ ਤਾਂ ਸਾਰਿਆਂ ਨੂੰ ਪਤਾ ਵੀ ਸ਼੍ਰੋਮਣੀ ਕਮੇਟੀ ਮਹੰਤਾਂ ਦੇ ਕਬਜ਼ੇ ਥੱਲੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਦੀ ਸ਼੍ਰੋਮਣੀ ਕਮੇਟੀ, ਇਹ ਬਾਦਲਾਂ ਦੇ ਮਹੰਤ ਚੇਲਿਆਂ ਦੇ ਥੱਲੇ ਹੈਗੀ ਆ। ਬਾਦਲ ਇਹ ਪੈਸਾ ਸਾਰਾ ਜਿਹੜਾ ਮਿਸਯੂਜ਼ ਕਰਦੇ ਆ, ਪੋਲੀਟੀਕਲ ਕੁੱਤੇ ਕੰਮਾਂ ਵਾਸਤੇ ਇੱਕ ਇੱਕ ਰੁਪਈਆ ਲੋਕਾਂ ਦਾ ਚੜ੍ਹਾਇਆ ਹੈ ਜਿਹੜਾ ਕੁੱਤੇ ਕੰਮਾਂ ਲਈ ਖਰਚ ਕਰਦੇ। ਪਰ ਅੱਜ ਜੀਕੇ ਸਾਹਿਬ ਬੋਲਦੇ ਆ, ਲੰਬਾ ਸਮਾਂ ਬਾਦਲਾਂ ਦਾ ਪਾਰਟ ਐਂਡ ਪਾਰਸਲ ਲੂਟ ਮਾਫੀਆ ਦਾ ਹਿੱਸੇਦਾਰ ਬਣੇ ਰਹੇ, ਪਾਰਟਨਰ ਬਣੇ ਰਹੇ, ਉਦੋਂ ਕਿਉਂ ਨਹੀਂ ਬੋਲੇ? ਸੋ ਇਹ ਗੱਲਾਂ ਸਭ ਨੂੰ ਪਤਾ ਨੇ। ਲੋਕਾਂ ਦੀ ਥੋੜ੍ਹੀ ਥੋੜ੍ਹੀ ਪੱਧਰ ਦੇ ਉੱਤੇ ਜਾਗਰਤੀ ਆ ਰਹੀ ਆ। ਮੈਂ ਕਹਾਂ ਕਿ ਰਾਤੋ ਰਾਤ ਸਾਰੇ ਲੋਕਾਂ ਦੇ ਅੰਦਰ ਜਾਗਰਤੀ ਆ ਜੇ, ਨੋਟ ਪੋਸੀਬਲ, ਪਰ ਡੇ ਬਾਈ ਡੇ ਲੋਕ ਜਾਗਰੂਕ ਹੋ ਰਹੇ ਆ। ਦਿਨ ਆਏਗਾ ਜ਼ਰੂਰ ਜਿੱਦਣ ਸ਼੍ਰੋਮਣੀ ਕਮੇਟੀ ਤੋਂ, ਦਿੱਲੀ ਕਮੇਟੀ ਤੋਂ ਇਹਨਾਂ ਮਸੰਦਾਂ ਦਾ ਕਬਜ਼ਾ ਲੋਕ ਪਰੇ ਕਰਦੇ। ਉਹਨਾਂ ਕਿਹਾ ਕਿ ਸਿੱਧੂ ਆਪਣੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ, ਲੇਕਿਨ ਉਹਨਾਂ ਉੱਪਰ ਇਹ ਸਾਰਾ ਠੀਕਰਾ ਫੋੜਿਆ ਜਾ ਰਿਹਾ ਹੈ। ਬੈਂਸ ਨੇ ਇੱਕ ਵਾਰ ਫੇਰ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਮਿਲ ਸਕਦੇ ਨੇ, ਕਿਉਂਕਿ ਉਹਨਾਂ ਦੀ ਸੋਚ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਹੈ। ਨਵਜੋਤ ਸਿੱਧੂ ਅਸੀਂ ਬੜਾ ਸਮਝਾਇਆ ਜਦੋਂ ਵਾਦੇ ਪੰਜਾਬ ਬਣਾਇਆ ਕਿ ਨਵਜੋਤ ਸਿੱਧੂ ਜੀ ਨਾ BJP ਨਾ ਕਾਂਗਰਸ ਤੁਹਾਡੀ ਬਣਨੀ ਨਹੀਂ ਕਿਤੇ ਵੀ। ਪੰਜਾਬ ਦੇ ਜਿਹੜੇ ਚੰਦ ਇਮਾਨਦਾਰ ਲੀਡਰ, ਪੰਜਾਬ ਹਤੈਸ਼ੀ ਲੀਡਰ ਹੈਗੇ, ਇੱਕ ਪਲੇਟਫਾਰਮ 'ਤੇ ਇਕੱਠੇ ਹੋ ਜਾਣ, ਮੈਂ ਅੱਜ ਵੀ ਨਵਜੋਤ ਸਿੱਧੂ ਨੂੰ ਕਹੂੰਗਾ ਕਿ ਤੁਸੀਂ ਨਿਡਰ ਹੋ ਜਾਓ। ਨਿਡਰਤਾ ਦੀ ਕਮੀ ਆ, ਇਮਾਨਦਾਰੀ ਦੀ ਤੁਹਾਡੇ ਅੰਦਰ ਕੋਈ ਕਮੀ ਨਹੀਂ। ਨਿਡਰ ਹੋ ਕੇ ਨਿੱਤਰ ਕੇ ਸਾਹਮਣੇ ਆਓ। ਅੱਜ ਵੀ ਤੁਹਾਡੇ ਵਾਸਤੇ ਪੰਜਾਬ ਦੇ ਲੋਕ ਜਿਹੜੇ ਅੱਛੇ ਇਮਾਨਦਾਰ ਲੀਡਰ ਆ, ਉਹਨੂੰ ਇੱਕ ਪਲੇਟਫਾਰਮ 'ਤੇ ਦੇਖਣਾ ਚਾਹੁੰਦੇ ਆ। ਥੋੜ੍ਹੀ ਜਿਹੀ ਨਿਡਰਤਾ ਦੀ ਸਿੱਧੂ ਸਾਹਿਬ ਦੇ ਅੰਦਰ ਕਮੀ ਹੈਗੀ ਆ, ਕਈ ਵਾਰੀ ਜਿਹੜਾ ਡਰਪੋਕ ਹੋਣਾ ਦਿਖਾ ਜਾਂਦਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।